सादा व्याह जा धूम धड़के वाला व्याह? धूम धड़के ना, बिल्कुल साधारण। मेरी शादी साधारण हुई है, सादा, बिल्कुल सादा। क्यों? मैं जी अपना धूम धड़के गेल करूंगा व्याह। मैम कुड़ी दे अकॉर्डिंग होना चाहिए जे व्याह दा सादे ठीक है। मैं तो कहनी बिल्कुल ही धूम धड़के वाला, ऑब्वियसली धूम धड़के ना कहना है। जिंदगी में एक बार व्याह होता ही, हुण सहेली घर वाली भी तो खुश करनी है। सहेली सहेली नाले व्याह कराऊंगे ही हुण। ਤੁਸੀਂ ਮੇਰਾ ਵਿਆਹ ਕਰਵਾਓ, ਜਿਹੜਾ ਮਰਜ਼ੀ ਕਰਾ ਦਿਓ। ਚਾਰ ਪੰਜ ਨਿਆਣੇ ਹੋਣੇ ਚਾਹੀਦੇ ਹੈਗੇ ਤੇ ਚਾਰ ਪੰਜ ਵਿਆਹ ਕਰਾ ਦਿਓ, ਕੀ ਦਿੱਕਤ ਹੈ? ਲੋਕੀ ਵਿਆਹ ਤੋਂ ਭੱਜਦੇ ਆ। ਉਹ ਨਹੀਂ, ਆਪਾਂ ਹੀ ਭੱਜ ਜਾਂਗੇ, ਆਪਾਂ ਕਿਹੜਾ ਰੱਖਣੀ ਹੈ ਫਿਰ? ਕੋਈ ਹਾਈ ਸਾਨੂੰ ਪੁੱਛਿਆ ਨਹੀਂ, ਹਾਏ ਉਹਨੇ ਸਾਡੇ ਨਾਲ ਗੱਲ ਨਹੀਂ ਕੀਤੀ, ਉਹਨੇ ਖਾਣ ਨੂੰ ਨਹੀਂ ਪੁੱਛਿਆ, ਹਾਏ ਨਹੀਂ ਉਹ ਤੇ ਆ ਨਹੀਂ ਚੰਗਾ ਸੀ, ਉਹ ਤੇ ਉਹ ਨਹੀਂ ਚੰਗਾ ਸੀ। ਸਾਡੇ ਵਿਆਹ ਤੇ ਕੌਣ ਰੁੱਸਿਆ ਯਾਰ? ਉਹਦੇ ਚ ਮਜ਼ਾ ਹੁੰਦਾ, ਇੱਕ ਵਾਰ ਵਿਆਹ ਹੁੰਦਾ ਹੈ ਬੰਦੇ ਦਾ ਨਾ, ਹਰ ਇੱਕ ਕੁੜੀ ਦਾ ਹੁੰਦਾ ਹੈ ਨਾ, ਇੱਕ ਨੂੰ ਕੋਈ ਚਾਹ ਨਹੀਂ ਵਿਆਹ ਵਿਊ ਦਾ, ਆਲੇ ਦੁਆਲੇ ਦੇਖ ਲਿਆ ਮੈਂ ਰੰਡੀ ਰੋਣਾ ਹੀ। चार ज्यादा धूम धड़ाका पसंद नहीं है। खर्चा जितना मर्जी बढ़ा लो, आप शादी आप ना जितना मर्जी खुली कर लो, लोगों ने खा के यही कहना भाई कुछ मजा नहीं आया। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਨੀਲਮ ਕੁਈਨ, ਪ੍ਰਾਈਮ ਮੂਵੀਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸੈਕਟਰ 17 ਦੇ ਵਿੱਚ ਆ ਚੁੱਕੇ ਹਾਂ ਜੀ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ। ਸਵਾਲ ਮੇਰਾ ਅੱਜ ਦਾ ਹੈਗਾ ਕਿ ਤੁਸੀਂ ਸਾਦਾ ਵਿਆਹ ਪਸੰਦ ਕਰਦੇ ਹੋ ਜਾਂ ਧੂਮ ਧੜੱਕੇ ਵਾਲਾ? ਦੇਖਦੇ ਕਿ ਲੋਕਾਂ ਦਾ ਕੀ ਜਵਾਬ ਹੈਗਾ, ਐਂਡ ਦੇ ਉੱਤੇ ਮੈਂ ਆਪਣਾ ਵੀ ਪੁਆਇੰਟ ਆਫ ਵਿਊ ਦਊਂਗੀ। ਆਓ ਚੱਲਦੇ ਹਾਂ, ਗੱਲਬਾਤ ਕਰਦੇ ਹਾਂ। ਕਿੱਥੋਂ ਦੇ ਹੋ? ਅਸੀਂ ਤੇ ਚੰਡੀਗੜ੍ਹ ਦੇ ਹਾਂ। ਬੈਕਗ੍ਰਾਉਂਡ ਇੱਥੋਂ ਦਾ ਹੀ ਆ? ਨਹੀਂ, ਬੈਕਗ੍ਰਾਉਂਡ ਸਾਡਾ ਫਰੀਦਕੋਟ ਦਾ। ਸਾਡਾ ਵੀ? ਮੇਰਾ ਜਲੰਧਰ ਦਾ। ਅੱਛਾ, ਜਲੰਧਰ ਤੋਂ। ਕੀ ਕਰਦੇ ਹੋ ਤੁਸੀਂ? ਹਾਊਸਵਾਈਫ। ਹਾਊਸਵਾਈਫ ਤੁਸੀਂ? ਮੈਂ ਖੇਤੀ ਕਰਦਾ। ਅੱਛਾ ਜੀ, ਤੁਸੀਂ ਕਿਹੜੀ ਕਲਾਸ ਚ? 5th। 5th ਚ ਤੁਸੀਂ ਕਿੱਦਾਂ? ਠੀਕ ਹੋ? ਓਕੇ, ਇੱਧਰ ਘੁੰਮਣ ਫਿਰਨ ਆਏ ਸੀਗੇ ਜਾਂ ਸ਼ਾਪਿੰਗ ਕਰਨ ਆਏ? ਨਹੀਂ, ਬਸ ਘੁੰਮਣ ਘੁੰਮਣ ਫਿਰਨ। ਘੁੰਮ ਲਿਆ? ਗਰਮੀ ਇੰਨੀ ਆ, ਨਿਆਣਿਆਂ ਨੂੰ ਲੈ ਕੇ ਆ ਗਏ ਤੁਸੀਂ ਗਰਮੀ ਚ? ਉਹ ਸ਼ਾਮ ਨੂੰ ਲੈ ਆਇਆ, ਟਾਈਮ ਤਾਂ ਦੇਖੋ। ਸੇਕ ਦੇਖੋ ਕਿੰਨਾ। ਤੁਸੀਂ ਸਾਦਾ ਵਿਆਹ ਜਾਂ ਧੂਮ ਧੜੱਕੇ ਵਾਲਾ ਵਿਆਹ ਕਿਹਨੂੰ ਵੋਟ ਪਾਉਂਦੇ ਹੋ? ਕਿੱਧਰ ਤੁਹਾਡੀ ਮਤਲਬ ਕੀ ਹੈਗੀ ਕਿ ਇਹ ਚੀਜ਼ ਵਧੀਆ? ਤੁਸੀਂ ਮੇਰਾ ਵਿਆਹ ਕਰਵਾਓ, ਜਿਹੜਾ ਮਰਜ਼ੀ ਕਰਾ ਦਿਓ। ਕਿੰਨੀ ਵਾਰੀ ਕਰਾਉਣਾ? ਮੈਂ ਤਾਂ ਹੁਣ ਜਿਵੇਂ ਇੱਕ ਨੇ ਸੈਂਟ ਜੀ ਨੇ ਬਿਆਨ ਦਿੱਤਾ ਵੀ ਚਾਰ ਪੰਜ ਨਿਆਣੇ ਹੋਣੇ ਚਾਹੀਦੇ ਹੈਗੇ ਤੇ ਚਾਰ ਪੰਜ ਵਿਆਹ ਕਰਾ ਦੋ, ਕੀ ਦਿੱਕਤ ਹੈਗੀ ਆ? ਇੱਦਾਂ ਕੀ ਵਿਆਹ ਦੀ ਹੈ, ਲੋਕੀ ਵਿਆਹ ਤੋਂ ਭੱਜਦੇ ਆ। ਉਹ ਨਹੀਂ, ਆਪਾਂ ਹੀ ਭੱਜ ਜਾਂਗੇ, ਆਪਾਂ ਕਿਹੜਾ ਰੱਖਣੀ ਹੈ ਫਿਰ? ਅੱਛਾ, ਸਾਦਾ ਵਿਆਹ ਜਾਂ ਧੂਮ ਧੜੱਕੇ ਵਾਲਾ? ਵਿਆਹ ਦਾ ਸਾਦੇ ਠੀਕ ਨੇ। ਸਾਦੇ ਹੋਣੇ ਚਾਹੀਦੇ ਕਿਉਂ? ਦਾ ਇੱਕ ਤਾਂ ਪੈਸਿਆਂ ਦਾ ਬੜਾ ਬਰਬਾਦੀ ਹੈ ਪੈਸਿਆਂ ਦੀ। ਜਿਹੜਾ ਮਰਜ਼ੀ ਤੁਸੀਂ ਕਿਸੇ 5-star ਜਾ ਕੇ ਚਾਹੇ ਵਿਆਹ ਧਰ ਲਓ, ਪ੍ਰਾਹੁਣਿਆਂ ਦੇ ਤਾਂ ਜਿਹੜੇ ਜਵਾਈ ਹੁੰਦੇ ਆ, ਖਾਸ ਤੌਰ ਉਹਨਾਂ ਦੇ ਮੂੰਹ ਬਣੇ ਹੁੰਦੇ, ਸਾਨੂੰ ਦਾਰੂ ਨਹੀਂ ਪੁੱਛੀ। ਫਿਰ ਜਿਹੜੀਆਂ ਜਨਾਨੀਆਂ ਹੁੰਦੀਆਂ, ਇਹ ਚਾਹ ਕਮੀ ਸੀ, ਉਹ ਚਾਹ ਕਮੀ ਸੀ, ਹੁਣ ਕਿਹੜਾ ਸ਼ੈਫ ਲੈ ਕੇ ਆਈਏ ਵੀ ਜਿਹੜਾ ਉਹਨਾਂ ਦਾ ਹੱਥਾਂ ਵਰਗੀ ਰੋਟੀ ਬਣਾ ਕੇ ਖਵਾ ਦੇ। ਤੇ ਜਨਾਨੀਆਂ ਵਰਗੇ ਸਾਡੇ ਹੱਥ ਜੋੜ ਕੇ ਬੇਨਤੀ ਆ, ਭਾਈ ਤੁਹਾਡੇ ਵਰਗੀ ਰੋਟੀ ਨਹੀਂ ਕੋਈ ਬਣਾ ਸਕਦਾ, ਜਿਹੜੀ ਬਣੀ ਹੁੰਦੀ ਆ ਕੇ ਖਾ ਲਿਆ ਕਰੋ। ਠੀਕ ਹੈ ਨਾ? ਠੀਕ ਹੈ ਜੀ। ਅੱਛਾ, ਤੁਸੀਂ ਸਾਦੇ ਵਿਆਹ ਨੂੰ ਮਤਲਬ ਵੋਟ ਪਾਉਂਦੇ? ਥੋੜੀ ਬਹੁਤਾ। ਚਲੋ, ਇੱਕ ਮੈਂ ਵੀਡੀਓ ਦੇਖੀ ਸੀ, ਪੋਚ ਹਲੇ ਵੀ ਜਦੋਂ ਬਰਾਤ ਘਰੋਂ ਜਾਂਦੀ ਆ ਤਾਂ ਉਹ ਢੋਲ ਛਣਕਣੇ ਲੈ ਕੇ ਨਾ ਆਪਣੇ ਮਤਲਬ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਗਾਉਂਦੇ ਹੋਏ ਜਾਂਦੇ ਨੇ, ਬਜਾਏ ਕਿ ਆਪਾਂ ਢੋਲੀ ਲਾ ਕੇ ਗੀਤ ਦੂਜੇ ਆਪਣੇ ਹੋਰੀ ਜਿਹੜੇ ਮਾਂ ਲੈ ਕੇ। ਤੇ ਉਹ ਚੀਜ਼ ਬੜੀ ਅਲਹਿਦਾ ਜੀ ਸੀਗੀ ਕਿ ਪਹਿਲਾਂ ਇੱਦਾਂ ਹੀ ਹੁੰਦਾ ਹੋਣਾ, ਸ਼ਿਵਰਾਤ ਜਾਂਦੀ ਹੋਣੀ ਆ ਘਰੋਂ, ਤਾਂ ਵਧੀਆ ਲੱਗਦਾ ਸੀ ਉਹ ਚੀਜ਼ਾਂ। ਵਧੀਆ ਸਾਦਾ ਹੋਇਆ ਕਿ ਧੂਮ ਧੜੱਕੇ ਵਾਲਾ? ਠੀਕ ਠਾਕ ਹੈ, ਬਹੁਤ ਸਾਦਾ ਵੀ ਨਹੀਂ, ਬਹੁਤ ਧੂਮ ਧੜੱਕਾ ਵੀ ਨਹੀਂ, ਮੀਡੀਅਮ। ਲੜਕੇ ਵੱਲੋਂ ਵੀ ਤੇ ਨੈਕਸਟ 2 ਦਿਨ ਬਾਅਦ ਚਾਹੇ ਤੁਸੀਂ ਧੂਮ ਧੜਾਕੇ ਨਾਲ ਪਾਰਟੀ ਕਰ ਲਓ, ਜਿੱਦਾਂ ਮਰਜ਼ੀ ਤੁਸੀਂ ਰੌਲਾ ਜਿਹਨੂੰ ਬੁਲਾਉਣਾ ਬੁਲਾ ਸਕਦੇ ਹੋ, ਉਹ ਜ਼ਿਆਦਾ ਬੈਟਰ ਰਹੇਗਾ। ਕਿਉਂਕਿ ਵਿਆਹ 'ਚ ਕੋਈ ਨਾ ਕੋਈ ਹਾਈ ਸਾਨੂੰ ਪੁੱਛਿਆ ਨਹੀਂ, ਹਾਏ ਉਹਨੇ ਸਾਡੇ ਨਾਲ ਗੱਲ ਨਹੀਂ ਕੀਤੀ, ਉਹਨੇ ਖਾਣ ਨੂੰ ਨਹੀਂ ਪੁੱਛਿਆ, ਹਾਏ ਨਹੀਂ ਉਹ ਤੇ ਆ ਨਹੀਂ ਚੰਗਾ ਸੀ, ਉਹ ਤੇ ਉਹ ਨਹੀਂ ਚੰਗਾ ਸੀ। ਆਹ ਚੀਜ਼ ਜਿਹੜੀਆਂ ਹੁੰਦੀਆਂ ਨਾ ਫਿਰ ਚੰਗੀਆਂ ਨਹੀਂ ਲੱਗਦੀਆਂ ਨਾ, ਜਦੋਂ ਬਾਅਦ 'ਚ ਸੁਣਨੀਆਂ ਪੈਂਦੀਆਂ, ਹਾਏ ਮੇਰੀ ਫੋਟੋ ਤਾਂ ਆਈ ਨਹੀਂ, ਹਾਏ ਮੈਂ ਤਾਂ ਇੱਦਾਂ ਸੀ, ਮੈਂ ਤਾਂ ਇੱਦਾਂ ਸੀ, ਉਹਦਾ ਉੱਦਾਂ ਮੂੰਹ ਸੁੱਜਿਆ ਸੀ, ਆਹ ਗੱਲਾਂ ਆਉਂਦੀਆਂ ਨਾ ਫਿਰ ਬੜਾ ਦੁੱਖ ਲੱਗਦਾ। ਬਸ ਵਿਆਹ ਕਰ ਲਓ ਚੁੱਪ ਚਾਪ, ਗੁਰਦੁਆਰੇ ਜਾ ਕੇ ਤੇ ਲਾਵਾਂ ਲਓ, ਆਪਦਾ ਸੁੱਖੀ ਸਾਂਦੀ ਘਰੇ ਆਓ, ਗਾਉਣ ਗਾਣਾ ਗਾਉਣ ਗਾਓ, ਤੇ ਅਗਲੇ ਦਿਨ ਚਾਹੇ ਸਾਰੇ ਰਿਸ਼ਤੇਦਾਰਾਂ ਨੂੰ ਰਿਸੈਪਸ਼ਨ ਤੇ ਬੁਲਾਓ, ਉਹ ਜ਼ਿਆਦਾ ਬੈਸਟ ਹੈ। ਤੁਹਾਡੇ ਵਿਆਹ ਤੇ ਕੌਣ ਰੁੱਸਿਆ ਹੈ?
नाम तो नहीं लिया जाता, रिश्तेदारी दस दो कोई ना कोई किसी ना तो मुंह सुजा ही हों के हम फेना रुस जाना आई बस उन्हें कहना जे सुन लिया तो उन्होंने कहना तू की बोली अच्छा जो ता व्याह होना तो सिंपल कराओगे कि धूम धड़के वाला व्याह एक बार ही होना पता नहीं हजे सोचा नहीं कि जो इधर कहणगे उही होना चलो मेनू बहुत चंगा लगा जी तुहानू गल करके थैंक यू जी की हाल चाल ठीक हो वधिया ठीक है मैं ठीक सी एवं उन्हें लहा सोहना लगता ही लाया लाई लैनी फिर तो मैं आहो है कितों दे मैं इतों ही लाई कुराली बैकग्राउंड अच्छा कुराली हाँ जी की करते हो मैं एंकर हाँ ਤੁਹਾਨੂੰ ਸਾਦਾ ਵਿਆਹ ਵਧੀਆ ਲੱਗਦਾ ਕਿ ਧੂਮ ਧੜਕੇ ਵਾਲਾ ਧੂਮ ਧੜਕੇ ਵਾਲਾ ਓਬਵੀਅਸਲੀ ਕਿਉਂ ਯਾਰ ਉਹਦੇ 'ਚ ਮਜ਼ਾ ਹੁੰਦਾ ਇੱਕ ਵਾਰ ਵਿਆਹ ਹੁੰਦਾ ਬੰਦੇ ਦਾ ਨਾ ਤੁਹਾਡੇ ਜਿੱਦਾਂ ਘਰਾਂ ਦੇ ਵਿੱਚ ਫੈਮਿਲੀ ਦੇ ਵਿੱਚ ਵਿਆਹ ਵੀ ਹੁੰਦਾ ਧੂਮ ਧੜਕੇ ਵਾਲੇ ਹੁੰਦੇ ਇੱਕਦਮ ਪੈਸੇ ਵੀ ਤਾਂ ਕਿੰਨੇ ਫੂਕ ਹੁੰਦੇ ਆ ਉਹ ਤਾਂ ਹੈ ਹੀ ਚਲੋ ਇੱਕ ਵਾਰ 'ਚ ਹੋਣੀ ਆ ਯਾਰ ਵਿਆਹ ਤਾਂ ਇੱਕ ਦਿਨ ਦੀ ਗੱਲ ਹੁੰਦੀ ਆ ਨਾਲੇ ਇੱਕ ਮੈਮਰੀਜ਼ ਬਣ ਜਾਂਦੀ ਹੈ ਨਾ ਅੱਛਾ ਜੇ ਤੁਹਾਡਾ ਵਿਆਹ ਹੋਣਾ ਆ ਡੈਸਟੀਨੇਸ਼ਨ ਵੈਡਿੰਗ ਦਾ ਅੱਜ ਕੱਲ੍ਹ ਵੀ ਉਹ ਚੱਲਦਾ ਪਿਆ ਆ ਪਤਾ ਨਹੀਂ ਗਾਂਹ ਕੀ ਹੋਣਾ ਜਦੋਂ ਤੱਕ ਤੁਸੀਂ ਕਹੋਗੇ ਤੁਹਾਡਾ ਕਿੱਦਾਂ ਕਿੱਦਾਂ ਕੁਛ ਕੁ ਸੋਚਿਆ ਹੁੰਦਾ ਨਾ ਹਲੇ ਤਾਂ ਕੁਛ ਸੋਚਿਆ ਨਹੀਂ ਹਲੇ ਮੈਂ ਦੂਜਾ ਲੋਕਾਂ ਦੇ ਵਿਆਹ ਨੂੰ ਦੇਖ ਕੇ ਨਾ ਮੈਂ ਬਸ ਮੇਰਾ ਮਨ ਬਸ ਉਹ ਹੋ ਜਾਂਦਾ ਕਿ ਚਲੋ ਠੀਕ ਆ ਐਕਸਾਈਟਡ ਹੈਗੇ ਹਾਂ ਹਾਂ ਚਾਹੇਗਾ ਯਾਰ ਹਲੇ ਤਾਂ ਕੋਈ ਹੈਗਾ ਨਹੀਂ ਲਾਈਕ ਨਾਲ ਨਹੀਂ ਉਹਦਾ ਵਿਆਹ ਜਦੋਂ ਵੀ ਹੋਇਆ ਨਾ ਹੈਗੀ ਆ ਓਬਵੀਅਸਲੀ ਹਰੇਕ ਕੁੜੀ ਦਾ ਹੁੰਦਾ ਹੈ ਨਾ ਇੱਕ ਨੂੰ ਕੋਈ ਚਾਣੀ ਵਿਆਹ ਵਿਊ ਦਾ ਆਲੇ ਦੁਆਲੇ ਦੇਖ ਲਿਆ ਮੈਂ ਰੰਡੀ ਰੋਣੀ ਰੱਬ ਨੇ ਮਿਹਰ ਤਾਂ ਕਰਨੀ ਹੈ ਜੀ ਉਹ ਨੀ ਕਰਨਾ ਜੀ ਜਿੱਥੇ ਮਿਹਰ ਕਰਨੀ ਘਰਦਿਆਂ ਨੇ ਮਿਹਰ ਕਰਨੀ ਪੈਸੇ ਦੇ ਕੇ ਬਾਪੂ ਨੇ ਤਾਂ ਮਿਹਰ ਕੀਤੀ ਹੋਈ ਆ ਹੁਣ ਰੱਬ ਦੀ ਮਨਜ਼ੂਰੀ ਰਹਿ ਜਾਂਦੀ ਆ ਬਸ ਕਰ ਦੋ ਨਾ ਤੇ ਮੇਨ ਨਹੀਂ ਮੈਂ ਕਰਦੀ ਮਿਹਰ ਅੱਛਾ ਠੀਕ ਹੈ ਤੁਸੀਂ ਹਰਿਆਣਾ ਤੋਂ ਕੀ ਕਰਦੇ ਹੋ ਆਇਲਸ ਤੁਸੀਂ ਹਿਮਾਚਲ ਪ੍ਰਦੇਸ਼ ਆਇਲਸ ਕਰਦੇ ਹੋ ਆਇਲਸ ਕਰਦੇ ਹੋ ਨਹੀਂ ਇਮੀਗ੍ਰੇਸ਼ਨ ਚ ਜਾਂਦੇ ਕਾਲ ਸੈਂਟਰ ਓਕੇ ਤੁਸੀਂ ਆਇਲਸ ਕਿੱਥੇ ਜਾਣਾ ਕੈਨੇਡਾ ਤੁਸੀਂ ਜਾਣਾ ਬਾਹਰ ਨਹੀਂ ਤੁਸੀਂ ਮੈਂ ਲਵਾ ਦਾਂ ਕਿੱਥੇ ਆਸਟ੍ਰੇਲੀਆ ਆਸਟ੍ਰੇਲੀਆ ਸਿਡਨੀ ਇੱਧਰ ਕੈਨੇਡਾ ਆਪਣਾ ਜਿੱਧਰ ਮਰਜ਼ੀ ਯੂਐਸਏ ਜਾ ਬਦੋ ਯੂਐਸਏ ਜਾਣਾ ਅੱਛਾ ਠੀਕ ਹੈ ਤੁਸੀਂ ਕੈਨੇਡਾ ਜਾਣਾ ਮੈਂ ਤਾਂ ਜਿੱਥੇ ਮਰਜ਼ੀ ਭੇਜ ਦੋ ਮੈਂ ਤਾਂ ਤਿਆਰ ਹੈ ਹੀ ਅੱਛਾ ਠੀਕ ਹੈ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛਣਾ ਆ ਮੇਰਾ ਟੌਪਿਕ ਇਹ ਆ ਕਿ ਤੁਸੀਂ ਸਾਦੇ ਵਿਆਹ ਨੂੰ ਲਾਈਕ ਕਰਦੇ ਹੋ ਕਿ ਧੂਮ ਧੜਕੇ ਵਾਲਾ ਧੂਮ ਧੜਕੇ ਨਾਲ ਕਹਿੰਦਾ ਜ਼ਿੰਦਗੀ ਵਿੱਚ ਇੱਕ ਵਾਰ ਵਿਆਹ ਹੁੰਦਾ ਹੀ ਹੁਣ ਸਹੇਲੀ ਘਰ ਵਾਲੀ ਵੀ ਤਾਂ ਖੁਸ਼ ਕਰਨੀ ਹੈ ਸਹੇਲੀ ਨਾਲੇ ਵਿਆਹ ਕਰਾਉਂਗੇ ਜੀ ਹੁਣ ਅੱਛਾ ਧੂਮ ਧੜਕੇ ਤੇ ਕਿੰਨਾ ਕੁ ਖਰਚਾ ਕਰਦੇ ਕਰ ਦੂੰਗਾ ਜੀ ਜਿੰਨਾ ਹੋਇਆ ਜੀ ਅੱਛਾ ਤੁਸੀਂ ਸਾਦਾ ਕਿ ਧੂਮ ਧੜਕਾ ਮੈਂ ਜੀ ਆਪਣਾ ਧੂਮ ਧੜਕੇ ਗੇਲ ਕਰੂੰਗਾ ਵਿਆਹ ਧੜਕੇ ਨਾਲ ਪੈਸੇ ਫੂਕੋਗੇ ਪੂਰਾ ਫੂਕਾਂਗੇ ਅਗਲਾ ਕਰ ਲੋਕ ਲੱਗ ਫੂਕਾਂਗੇ ਇਹਨੂੰ ਕੋਈ ਧੱਕਾ ਨਹੀਂ ਦਿੰਦਾ ਕੁੜੀ ਕਿਨੇ ਦੇਣੀ ਅੱਛਾ ਤੁਸੀਂ ਕੀ ਕਹਿੰਦੇ ਹੋ ਧੂਮ ਧੜਕੇ ਵਾਲਾ ਕਿ ਸਿੰਪਲ ਅਸੀਂ ਤਾਂ ਧੂਮ ਧੜਕੇ ਵਾਲਾ ਕਰਾਂਗੇ ਜੀ ਪੰਜਾਬੀਆਂ ਦਾ ਹੁੰਦਾ ਹੀ ਧੂਮ ਧੜਕੇ ਵਾਲਾ ਹੈ ਉਵੇਂ ਤਾਂ ਪਸੰਦ ਹੀ ਨਹੀਂ ਕਿਸੇ ਨੂੰ ਜੀ ਵੀਰੇ ਜਿੰਨ ਸਾ ਤੂੰ ਕਰਜ਼ਾ ਦੇਣਾ ਫਿਰ ਉਹ ਆਪਾਂ ਤਾਂ ਕੋਈ ਕਰਜ਼ਾ ਨਹੀਂ ਦੇਣਾ ਵੀਰੇ ਲੈ ਲੈ ਮੈਂ ਤੈਨੂੰ ਦੇ ਦੇਵਾਂਗੇ ਆਹ ਗੱਲ ਕਰਦੇ ਦੇ ਯਾਰ ਦੇ ਦੇਵਾਂਗੇ ਧੂਮ ਧੜਕਾ ਕਰਨਾ ਹੈ ਸਿੰਪਲ ਕਿਉਂ ਨਹੀਂ ਇਹ ਕਿਬਰ ਕਰਨੀ ਹੋਵੇ ਤਾਂ ਧੂਮ ਧੜਕਾ ਤੇ ਕਰਨੀ ਹੋਵੇ ਧੂਮ ਧੜਕੇ ਨਾਲ ਚਾਰ ਘਰ ਨੂੰ ਪਤਾ ਵੀ ਲੱਗਣਾ ਚਾਹੀਦਾ ਪੰਜਾਬੀਆਂ ਦਾ ਵਿਆਹ ਹੋ ਰਿਹਾ ਚਾਰ ਤੁਸੀਂ ਰੋਲਾ ਪਾ ਕੇ ਉੱਦੇ ਪਤਾ ਲਾ ਦਿਓ ਕੋਈ ਨਾ ਜੀ ਦੇਖ ਲਾਂਗੇ ਡੀਜੇ ਵਾਲੇ ਚੱਕਣ ਵਾਲੇ ਹੋਣੇ ਚਾਹੀਦੇ ਜੀ ਉਹ ਤਾਂ ਪਤਾ ਲੱਗਦਾ ਚਾਰ ਮੁਲਕਾਂ ਵੀ ਪਤਾ ਲੱਗ ਜੂਗਾ ਚਾਹੇ ਧੂਮ ਧੜਕੇ ਵਾਲਾ ਇੱਕ ਵਾਰੀ ਵਿਆਹ ਹੋਣਾ ਇੱਕ ਤਾਂ ਹੀ ਸਾਰੇ ਪਿੰਡ ਨੂੰ ਦਿਖਾਣਾ ਕਿ ਹਾਂ ਜੱਟਾਂ ਦੇ ਮੁੰਡੇ ਦਾ ਵਿਆਹ ਇਹਨਾਂ ਵਿਆਹ ਲਈ ਤਰੀਕ ਆਉਣ ਵਾਲੀ ਆ ਕਿਦੀ ਉਹਦੀ ਆਣ ਵਾਲੀ ਆਪਣੀ ਤਾਂ ਹਲੇ ਆਣੀ ਆ ਹਲੇ ਪਹਿਲਾਂ ਕੈਨੇਡਾ ਜਾ ਕੇ ਪੈਸੇ ਸੋਚਿਆ ਵਿਆਹ ਕਰਾਉਣਾ 2 ਸਾਲ 3 ਸਾਲ 5 ਸਾਲ ਨਾ ਨਾ ਹਲੇ ਨਹੀਂ 29 ਸਾਲ ਮੈਂ ਕਰਾਉਂਗੇ ਜਿੱਥੇ ਹੀ ਜਦ ਤੱਕ ਸਾਰਾ ਕੁਝ ਹੀ ਹੋ ਗਿਆ ਨਾ ਘਰ ਘੁਰ ਪਾ ਲੇ ਕਰਦੇ ਫੇਰ ਹੀ ਇੰਨਾ ਕੁ ਪੈਸਾ ਜੋੜਨਾ ਕਿ 2 ਸਾਲ ਨੂੰ ਬਹਿ ਕੇ ਆਰਾਮ ਤੇ ਖਾਉਂਗੇ ਵੀਰੇ ਸਾਰੇ ਨੇ ਵਿਆਹ ਧੂਮ ਧੜਕੇ ਵਾਲਾ ਕਰਾਉਣਾ ਆ ਜਿਹੜੀ ਲਿਆਉਣੀ ਆ ਵਿਆਹ ਕੇ ਉਹਦੇ ਖਰਚੇ ਬਹੁਤ ਹੋਣੇ ਪੈਸੇ ਜੋੜ ਲਿਓ ਨਾ 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 ਉਹ ਜਿਹੜੀ ਲਿਆਉਣੀ ਉਹ ਤਾਂ ਹੀ ਆਪ ਵੀ ਕੈਨੇਡਾ ਬੈਠੀ ਹੈ ਅੱਛਾ ਠੀਕ ਆ ਪੈਸੇ ਪੂਹੇ ਜੋੜਨੇ ਫਿਰ ਜਾ ਕੇ ਉੱਥੇ ਨਾ ਜੀ ਉਡਾਣੇ ਹਮਨੇ ਤੋ ਉਡਾਣੇ ਜੋ ਜੋੜ ਕੇ ਕੀ ਕਰਨਾ ਹੈ ਪੱਟੀ ਨੂੰ ਕਿੱਥੋਂ ਮਤਲਬ ਕੀ ਦੇਣੇ ਪੈਸੇ ਕਰਨਾ ਹੀ ਨਹੀਂ ਵਿਆਹ ਅੱਛਾ ਨਹੀਂ ਕਰਨਾ ਵਿਆਹ ਹੀ ਨਹੀਂ ਕਰਨਾ ਹੋਰ ਮਾਂ ਬਾਪੂ ਬਿਟਾਣੇ ਹੈ ਛੋਰੀ ਬਾਚਨ ਨਹੀਂ ਡਾਇ ਕਰਦੇ ਯਾਰ
चलो पर मैं चंगा लगा था सारा ने गल है गोरी भी आके लेके आऊंगे उसी का पैसा खाओ घर दे एक्सेप्ट कर लोगे मैं रखनी जी घर दे नु क्या रोटी विच मिलनी चाहिए बस और क्या चाहिए उन्नू बना बना देनिया पैनिया घर दे ने बना के देनी है अगली के हाथ टूटे बनाऊंगी नहीं कन्ना मुड भी खाऊंगी जी ना बनाई अगली ने चलो चंगा लगा जी गल करके थैंक यू किदा जी ठीक हो वधिया जी वधिया किथों दे हो मैं चंडीगढ़ दा ही है जी बैकग्राउंड चंडीगढ़ दा ही है जी हां जी की करदे हो मैं जॉब करदा हां जी की जॉब की करदे मैं कॉलिंग करदा हां अच्छा ठीक है ओके ते जेड़ा इत्थे रश आ ए रोज इदे हुंदा कि गर्मी करके कटिया ना गर्मी करके भी ला लो जी नाले बस धुप्पां भी काफी है गर्मी भी है ता करके कट गया ज्यादा माहौल ता नहीं वधिया चलदा उरे दा क्राउड काफी है 17 ते अच्छा तुहाडा हेयर स्टाइल जेड़ा आ है मतलब कि पहला दा इदा ना कि किते होए कर ली नहीं मैम मैं नेचुरल कर लिया स्ट्रेट भी हो जांदे नेचुरल है बाकी दा ओ ता नेचुरल कर ली है जी लोग की तारीफां करदे करदे ही होणे जी मुंडे क कुड़ियां ਕੁੜੀਆਂ ਨੂੰ ਜਿਆਦਾ ਮੋਹ ਨਹੀਂ ਲਈਦਾ ਕਿ ਕੁੜੀਆਂ ਨਹੀਂ ਲਾਉਂਦੀਆਂ ਮੂੰਹ ਨਾ ਨਾ ਜੀ ਆਪਾਂ ਹੀ ਨਹੀਂ ਲਈਦਾ ਆ ਬੋਲਤਾ ਅੱਛਾ ਠੀਕ ਆ ਮੈਨੂੰ ਇਹ ਦੱਸੋ ਕਿ ਤੁਸੀਂ ਸਿੰਪਲ ਵੇ ਆ ਪਸੰਦ ਕਰਦੇ ਹੋ ਕਿ ਤੁਮ ਤੜਕੇ ਵਾਲਾ ਮੈਮ ਕੁੜੀ ਦੇ ਅਕੋਰਡਿੰਗ ਹੋਣਾ ਚਾਹੀਦਾ ਜੇ ਕੁੜੀ ਅਕੋਰਡਿੰਗ ਕਿਦਾਂ ਮਤਲਬ ਜਿਸ ਤਰ੍ਹਾਂ ਦੋਨਾਂ ਦੀ رائے ਹੁੰਦੀ ਹੈ ਨਾ ਪਾਰਟਨਰਸ ਦੀ ਕਿ ਨਹੀਂ ਯਾਰ ਆਪਾਂ ਇਦਾਂ ਦਾ ਵਿਆਹ ਕਰਾਣਾ ਹੈ ਇੱਕ ਹੁੰਦਾ ਹੈ ਕਿ ਨਹੀਂ ਯਾਰ ਆਪਾਂ ਸੋਚਦੇ ਆ ਨਹੀਂ ਆਪਾਂ ਨਾਰਮਲੀ ਕਰ ਲੈਂਦੇ ਆ ਕੋਈ ਨਾ ਹੈ ਨਾ ਬਾਕੀ ਤਾਂ ਜੀ ਆਪਣਾ ਤਾਂ ਸਭ ਦਾ ਹੀ ਡ੍ਰੀਮ ਹੁੰਦਾ ਹੈ ਤੂੰ ਧੜੱਕੇ ਨਾਲ ਵਿਆਹ ਕਰਾਈਏ ਹੈ ਨਾ ਵਿਆਹ ਵੀ ਇੱਕ ਵਾਰ ਹੋਣਾ ਹੈ ਠੀਕ ਹੈ ਬੰਦੇ ਨਾਲ ਲਾਈਫ ਵੀ 21 ਵਾਰ ਜੀਣੀ ਹੈ ਠੀਕ ਹੈ ਪਾਰਟਨਰ ਵੀ 21 ਵਾਰ ਮਿਲਣਾ ਹੈ ਤਾਂ ਸਾਰੀ ਚੀਜ਼ਾਂ ਸੋਚ ਸਮਝ ਕੇ ਤੇ ਵਧੀਆ ਕਰਨੀ ਚਾਹੀਦੀ ਬੰਦੇ ਨੂੰ ਵਧੀਆ ਵਿਆਹ ਇੱਕੋ ਵਾਰੀ ਹੁੰਦਾ ਸਾਰਿਆਂ ਦਾ ਤੇ ਪੈਸੇ ਜੋੜੋ ਘੁੰਮੋ ਫਿਰੋ ਜੋੜੋ ਉਹਨੂੰ ਕੀ ਉਡਾਉਣੇ ਵਿਆਹ ਤੇ ਨਾ ਨਾ ਮੈਮ ਵਿਆਹ ਉਡਾਉਣਾ ਮੈਮ ਬੁਰੀ ਬਾਤ ਨਹੀਂ ਹੈ ਮੈਮ ਮੇਰੇ ਅਕੋਰਡਿੰਗਲੀ ਤਾਂ ਮੈਂ ਤਾਂ ਉਡਾਊਂਗਾ ਮੇਰਾ ਵਿਆਹ ਹੋਊਗਾ ਜੇ ਤੂੰ ਤਾਂ ਡੱਕੇਗਾ ਜੇ ਮੈਂ ਕਮਾ ਰਿਹਾ ਨਾ ਤਾਂ ਮੈਂ ਉਡਾਉਣੇ ਕਦਾਂ ਮੈਂ ਰੱਖੂੰਗਾ ਚਾਰ ਬੰਦਿਆਂ ਵਾ ਕਿਉਂਕਿ ਚਾਰ ਬੰਦੇ ਵੀ ਉਡਾ ਹੀ ਰਹੇ ਹੈ ਜੀ ਉਹ ਆਪਾਂ ਜਿਹਨਾਂ ਮੈਂ ਜਾ ਰਹੇ ਹਾਂ ਉਹ ਵੀ ਸਾਨੂੰ ਖਿਲਾਂਦੇ ਬੁਲਾਉਂਦੇ ਹੀ ਹੈ ਬੁਲਾਉਂਦੇ ਆ ਨਾ ਇੱਜ਼ਤ ਕਰਕੇ ਤਾਂ ਤੁਸੀਂ ਵੀ ਉਡਾਉਣੇ ਦੱਦਾਂ ਮੈਂ ਰੱਖੋ ਤੁਸੀਂ ਕਦ ਤੱਕ ਬੰਨ ਕੇ ਰੱਖੋਗੇ ਮੁੱਠੀ ਫਿਰ ਬੇਇੱਜ਼ਤੀ ਵਾਲੀ ਗੱਲਾਂ ਨੇ ਜੀ ਤੁਹਾਡੇ ਘਰ 'ਚ ਜਿੰਨੇ ਵੀ ਵਿਆਹ ਹੁੰਦੇ ਕਿਸੇ ਦਾ ਵੀ ਹੋਵੇ ਤੂੰ ਤੜਕੇ ਵਾਲਾ ਹੁੰਦਾ ਕਿ ਕਿਸੇ ਨੇ ਕਰਾਇਆ ਕਦੀ ਸਾਦਾ ਵਿਆਹ ਸਾਦਾ ਵਿਆਹ ਤਾਂ ਮੰਮੀ ਡੈਡੀ ਦਾ ਹੀ ਹੋਇਆ ਸੀ ਪਿੰਡ 'ਚ ਠੀਕ ਹੈ ਨਾਰਮਲੀ ਮੈਰਿਜ ਸੀ ਬਟ ਹਾਂ ਸਟਿਲ ਵਧੀਆ ਹੋਇਆ ਸੀ ਉਹਨਾਂ ਦਾ ਵੀ ਕਹਿੰਦੇ ਤਾਂ ਹੈ ਬਾਕੀ ਕਰਦੇ ਇਹ ਨਹੀਂ ਕਹਿੰਦੇ ਸਾਡੇ ਸਿੰਪਲ ਹੋਏ ਤੁਸੀਂ ਵੀ ਸਿੰਪਲ ਇੰਨੇ ਖਰਚੇ ਕਿੱਥੇ ਨਾ ਜੀ ਮੇਰੇ ਕਰਕੇ ਤਾਂ ਵਧੀਆ ਮੰਮੀ ਡੈਡੀ ਬਹੁਤ ਵਧੀਆ ਨੇ ਉਹ ਤਾਂ ਸਿੱਧਾ ਕਹਿੰਦੇ ਨੇ ਆਪਣਾ ਮੁੰਡਾ ਮੇਰੇ ਮੁੰਡੇ ਨੇ ਜੋ ਕਹਦੇ ਉਹ ਹੈ ਬਾਕੀ ਹਾਂ ਆਪਣੇ ਕਮਾਣੇ ਦੇ ਉੱਪਰ ਹੈ ਨਾ ਹਲੇ ਮੜਾ ਜਾ ਕਹਿੰਦੇ ਥੋੜਾ ਜਿਹਾ ਟਾਈਮ ਮੜਾ ਇਹ ਵਧੀਆ ਚੀਜ਼ ਬੋਲੀ ਹੈ ਕਿ ਮੈਂ ਕਮਾਉਂਗਾ ਤੇ ਮੈਂ ਆਪਣਾ ਵਧੀਆ ਵਿਆਹ ਕਰੂੰਗਾ ਇਹ ਕਰਦਿਆਂ ਦੇ ਸਿਰ ਤੇ ਨਹੀਂ ਉਹ ਚੀਜ਼ ਵਧੀਆ ਸੀ ਨਾ ਨਾ ਜੀ ਕਮਾਉਣਾ ਜ਼ਰੂਰੀ ਹੈ ਜੀ ਮਾਪੇ ਦੇ ਸਿਰ 'ਤੇ ਬਾਪ ਹੈ ਬਾਪ ਨੇ ਤਾਂ ਲਾਈ ਦੇਣਾ ਜਿਹੜਾ ਲੱਖ 2 ਲੱਖ 15 20 ਲੱਖ ਅਗਲੇ ਪਤਾ ਚਾਹੇ 100 ਕਰੋੜ ਹੈ ਅਗਲੇ ਨੇ 100 ਦਾ 100 ਲਾ ਦੇਣਾ ਤਾਂ ਬਾਪ ਹੈ ਤੁਮੇ ਆਪਣੀ ਕਮਾਈ ਕਿੰਨੀ ਕਿਲਾ ਰਹੇ ਹੋ ਦੇਖੋ ਨਾ ਬਿਲਕੁਲ ਸਹੀ ਹਾਂਜੀ ਬਾਕੀ ਕੁੜੀ ਦਾ ਵੀ ਆਹੀ ਕਹਿਣਾ ਹੁੰਦਾ ਹੈ ਜੀ ਕੁੜੀ ਵੀ ਇੰਨੇ ਹੀ ਚਾਹੁੰਦੀ ਹੈ ਅੱਜ ਦੀ ਡੇਟ ਦੀ ਕੁੜੀ ਕਿ ਮੈਂ ਜਿਹੜਾ ਪਾਰਟਨਰ ਚੁਣਾ ਉਹ ਪੜ੍ਹਿਆ ਲਿਖਿਆ ਵਧੀਆ ਐਜੂਕੇਸ਼ਨ ਵਾਲਾ ਹੋਵੇ ਹੈ ਨਾ ਤੇ ਵਧੀਆ ਵਿਆਹ ਹੀ ਹੋਵੇ ਕੋਈ ਕੁੜੀ ਮਾੜਾ ਨਹੀਂ ਚਾਹੁੰਦੀ ਕਿ ਮੈਂ ਸਿੰਪਲ ਨਾਰਮਲ ਵਿਆਹ ਕਰਾਵਾਂ ਮੇਰੇ ਅਕੋਰਡਿੰਗਲੀ ਤਾਂ ਕਿਉਂਕਿ ਅੱਜ ਦੀ ਕੁੜੀਆਂ ਇੰਨੀ ਹਾਈ ਫਾਈ ਹੋ ਚੁੱਕੀਆਂ ਨੇ ਲੈਵਲ ਮੇਨਟੇਨ ਕਰਨੇ ਦਾ ਬਹੁਤ ਕਿਉਂਕਿ ਅੱਜ ਦੀ ਡੇਟ 'ਚ ਪਤਾ ਕਿਆ ਹੈ ਲੈਵਲ ਮੇਨਟੇਨ ਕਰਕੇ ਚੱਲਦੇ ਆ ਸਭ ਠੀਕ ਹੈ ਜੀ ਕੋਈ ਛੋਟੇ ਤੇ ਵੱਡੇ ਦੇ ਨਾਲ ਯਾਰੀ ਲਾਣਾ ਪਸੰਦ ਨਹੀਂ ਕਰਦੇ ਜਿਹਦਾ ਜਿੰਨਾ ਕੁ ਲੈਵਲ ਹੈ ਉਹਨੇ ਰਹਿਣਾ ਹੈ ਬਸ ਪਰ ਮੈਨੂੰ ਚੰਗਾ ਲੱਗਾ ਜੀ ਗੱਲ ਕਰਕੇ ਤੁਹਾਨੂੰ ਥੈਂਕ ਯੂ ਕਿੱਦਾਂ ਜੀ ਠੀਕ ਹੋ ਹਾਂਜੀ ਮੈਡਮ ਬੜੀਆ ਕਿੱਥੋਂ ਦੇ ਹੋ ਮੈਂ ਹਰਿਆਣਾ ਸੇ ਹੂੰ ਮੈਮ ਅੱਛਾ ਜੀ ਇੱਥੇ ਘੁੰਮਣਾ ਹੈ ਕਿ ਕੰਮ ਕੁਮ ਕਰਨਾ ਨਹੀਂ ਮੈਂ ਕੰਮ ਕਰਤਾ ਹੂੰ ਯਹਾਂ ਪੇ ਕੰਸਲਟੈਂਸੀ ਆਫਿਸ ਮੈਂ ਆਓ ਛੁੱਟੀ ਹੋ ਗਈ ਹੁਣ ਹਾਂਜੀ 6 ਵਜੇ ਹੋ ਜਾਂਦੀ ਹੈ ਅੱਛਾ ਠੀਕ ਹਾਂਜੀ ਓਕੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਸਾਦਾ ਵਿਆਹ ਪਸੰਦ ਆ ਕਿ ਤੁਮ ਤੜਕੇ ਵਾਲਾ ਬਿਲਕੁਲ ਸਧਾਰਨ ਮੇਰੀ ਸ਼ਾਦੀ ਸਧਾਰਨ ਹੋਈ ਹੈ ਮੇਰਾ 9 ਸਾਲ ਦਾ ਰਿਲੇਸ਼ਨਸ਼ਿਪ ਤਾਂ ਹਾਂ ਅਭੀ ਮੇਰੀ ਸ਼ਾਦੀ ਹੋਈ ਹੈ ਅਗਸਤ ਮੇ ਤੁਸੀਂ ਸਿੰਪਲ ਕਿਉਂ ਕਰਾਇਆ ਕਿ ਪਹਿਲੇ ਇੰਨੇ ਖਰਚੇ ਹੋ ਗਏ ਨਹੀਂ ਨਹੀਂ ਖਰਚੇ ਕੀ ਬਾਤ ਨਹੀਂ ਜੀ ਨਹੀਂ ਨਹੀਂ ਖਰਚੇ ਕੀ ਕੋਈ ਬਾਤ ਨਹੀਂ ਮੈਡਮ ਬਸ ਮੇਰੇ ਕੋ ਸਧਾਰਨ ਪਸੰਦ ਹੈ ਖਾਣਾ ਪੀਣਾ ਸਧਾਰਨ ਰਹਿਣਾ ਗਾਉਂ ਸੇ ਹੂੰ ਮੈਂ ਨਾਰਮਲ ਮੇਰੇ ਕੋ ਜ਼ਿਆਦਾ ਧੂਮ ਧੜਾਕਾ ਪਸੰਦ ਨਹੀਂ ਆ ਉਹ ਨਾਲ ਦੀ ਨੇ ਨਹੀਂ ਕਿਹਾ ਕਿ ਧੂਮ ਧੜਕੇ ਵਾਲਾ ਚਾਹੀਦਾ ਨਹੀਂ ਨਹੀਂ ਮੈਨੇ ਤਾਂ ਉਹ ਤਾਂ ਵੈਸੇ ਮਖੋਲਤਾ ਇੱਕ ਹਾਂਜੀ ਨਹੀਂ 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 ਮੈਂ ਕਿਹਾ ਤੁਹਾਡੀ ਨਾਲ ਦੀ ਨੇ ਨਹੀਂ ਕਿਹਾ ਘਰ ਵਾਲੀ ਨੇ ਕਿ ਧੂਮ ਧੜਕੇ ਵਾਲਾ ਨਹੀਂ ਨਹੀਂ ਅੰਡਰਸਟੈਂਡ ਕਰਤੇ ਮੇਰੇ ਕੋ ਬਹੁਤ ਹਮਾਰੀ ਬਹੁਤ ਅੱਛੀ ਅੰਡਰਸਟੈਂਡਿੰਗ ਹੈ 9 ਸਾਲ ਰਿਲੇਸ਼ਨ ਤੁਹਾਡੇ ਸਹੁਰਿਆਂ ਨੇ ਤੁਹਾਡੇ ਸਹੁਰਿਆਂ ਨੇ ਇਹ ਨਹੀਂ ਗੱਲਾਂ ਕੀਤੀਆਂ ਮੁੰਡਾ ਸਿੰਪਲ ਵਿਆਹ ਕਰਦਾ ਇਹ ਤਾਂ ਕੋਈ ਲੱਗਦਾ ਕਿ ਹਰ ਪੈਸੇ ਨਹੀਂ ਹੈਗੇ ਕਿ ਤਾਂ ਪੈਸੇ ਨਹੀਂ ਖਰਚਦਾ ਵਾਲੀ ਬਾਤ ਨਹੀਂ ਜੀ ਬਸ ਸਿੰਪਲੀ ਮੇਰੇ ਕੋ ਪਸੰਦ ਆ ਉਹਨਾਂ ਨੇ ਮੇਰੇ ਸੇ ਪੁੱਛਿਆ ਦਾ ਨਹੀਂ ਵਧੀਆ ਗੱਲ ਆ ਹਾਂਜੀ ਪਰ ਕਈ ਰਿਸ਼ਤੇਦਾਰਾਂ ਨੇ ਘਰਦਿਆਂ ਨੇ ਕੁਐਸਚਨ ਤਾਂ ਕੀਤੇ ਹੋਣੇ ਕਰੇ ਜੀ ਬਹੁਤ ਕਰੇ ਕੀ ਜਵਾਬ ਸੀ ਕੀ ਕੁਐਸਚਨ ਕੀ ਸੀ ਬਸ ਕੁਐਸਚਨ
ਨਹੀਂ ਥਾ ਕਿ ਮੈਂ ਕਿਸੇ ਕੀ ਸੁਣਦਾ ਨਹੀਂ ਮੈਂ ਬੋਲ ਦਿੱਤਾ ਹੂੰ ਅੱਗੇ ਸੇ ਚਾਹੇ ਕੋਈ ਰਿਸ਼ਤੇਦਾਰ ਹੋ ਕੋਈ ਹੋ ਕਿੱਦਾਂ ਸਿੰਪਲ ਵਿਆਹ ਕਿੱਦਾਂ ਕੀਤਾ ਸਿੰਪਲ ਜੈਸੇ ਗਿਣਵੇਂ ਚੁਣਵੇਂ ਮੇਰੀ ਫੈਮਿਲੀ ਸੇ ਤੇ ਮੇਰੀ ਵਾਈਫ ਕੀ ਫੈਮਿਲੀ ਸੇ ਤੇ ਇੱਕ ਹੀ ਪ੍ਰੋਗਰਾਮ ਦਾ ਸਿੰਪਲ ਬਸ सेटलमेंट करो आगे के लिए बचा के रखो आप शादी आप ना जितना मर्जी खुली कर लो लोगों ने कहा के ये कहना भाई कुछ मजा नहीं आया मैंने खुद देखी है मैडम शादियां खुद भी गए ਤੁਸੀਂ ਹੁਣ ਸਿੰਪਲ ਵਿਆਹ ਕੀਤਾ ਤੁਹਾਡਾ 9 ਸਾਲ ਦਾ ਤੁਸੀਂ ਬੋਲਿਆ ਕਿ ਰਿਲੇਸ਼ਨ ਵੀ ਰਿਹਾ ਫਿਰ ਵਿਆਹ ਹੋਇਆ ਹੁਣ ਵਿਆਹ ਹੋ ਗਿਆ ਉਸ ਤੋਂ ਬਾਅਦ ਕੁਝ ਚੇਂਜ ਤਾਂ ਨਹੀਂ ਹੋਇਆ ਵਿਆਹ ਵੀ ਸਿੰਪਲ ਸੀ ਹੁਣ ਵੀ ਇਦਾਂ ਫਲਾਣਾ ਧਮਕੜਾ ਨਹੀਂ ਨਹੀਂ ਚੇਂਜ ਤਾਂ ਕੁਝ ਨਹੀਂ ਹੋਇਆ ਜੀ ਮੇਰੀ ਵਾਈਫ ਅਬ ਮੇਰੀ ਵਾਈਫ ਵਹਾਂ ਪੇ ਮੈਂ ਅਕੇਲਾ ਯਹਾਂ ਪੇ ਹੂੰ ਮੇਰੀ ਵਾਈਫ ਟੀਚਰ ਹੈ ਕਰਨਾਲ ਹਰਿਆਣਾ ਸੇ ਹਾਂਜੀ ਉਹ ਟੀਚਰ ਹੈ ਜੈਸੇ ਮੈਂ ਇਧਰ ਜੌਬ ਕਰਦਾ ਹੂੰ ਮਤਲਬ ਅੰਡਰਸਟੈਂਡਿੰਗ ਚੱਲ ਰਿਹਾ ਨਹੀਂ ਪਰ ਬਹੁਤ ਵਧੀਆ ਗੱਲ ਆ ਚੰਗਾ ਵੀ ਲੱਗਾ ਆ ਅਭੀ ਇਹ ਕਿ ਸੈਟਲਮੈਂਟ ਕਰਕੇ ਦੈਨ ਫਿਰ ਅੱਗੇ ਮੂਵ ਕਰਨਾ ਐਕਚੁਅਲੀ ਮੈਨੇ ਪਹਿਲੇ ਅਪਲਾਈ ਕੀਤਾ ਤਾਂ ਮੇਰਾ ਕੈਨੇਡਾ ਰਿਫਿਊਜ਼ ਆ ਦੋ ਵਾਰ ਫਿਰ ਮੈਨੇ ਔਰ ਮੇਰੀ ਵਾਈਫ ਨੇ ਅਪਲਾਈ ਕੀਤਾ ਫਿਰ ਇੰਗਲੈਂਡ ਦਾ ਰਿਫਿਊਜ਼ ਲੈ ਉਸਕੇ ਬਾਅਦ ਹਮ ਸਿੰਗਾਪੁਰ ਗਏ ਸਿੰਗਾਪੁਰ ਸੇ ਵਾਪਸ ਆਏ ਟੂਰਿਸਟ ਗਏ ਤੇ ਉਸਕੇ ਬਾਅਦ ਆਸਟ੍ਰੇਲੀਆ ਅਪਲਾਈ ਕੀਤਾ ਫਿਰ ਰਿਫਿਊਜ਼ ਲੈ 5-6 ਲੱਖ ਰੁਪਏ ਖਰਾਬ ਕਰਕੇ ਬੈਠਾ ਹੂੰ ਮੈਂ ਪਰ ਜਾਣਾ ਬਾਹਰ ਜਾਣਾ ਬਾਹਰ ਹੀ ਹੈ ਸੈਟਲ ਬਾਹਰ ਹੀ ਹੋਣਾ ਅਭੀ ਵੈਸੇ ਕਾ ਇੰਟਰਵਿਊ ਦੇਣਾ ਤਿਆਰੀ ਕਰਕੇ ਥੋੜਾ ਰੁਕ ਕੇ ਥੈਂਕ ਯੂ ਪਰ ਚੰਗਾ ਲੱਗਾ ਗੱਲ ਕਰਕੇ ਥੈਂਕ ਯੂ ਮੈਮ ਜੀ ਕੀ ਹਾਲ ਚਾਲ ਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਕਿੱਥੋਂ ਦੇ ਹੋ ਪੁਆਧਕੇ ਹਾਂ ਕੋਈ ਪਿੰਡ ਦਾ ਨਾਮ ਨਮੇਗਰੋਂ ਪਿੰਡ ਹੈ ਉਰਾ ਪੀਜੀ ਕੇ ਪਿੱਛਾ ਅੱਛਾ ਇੱਧਰ ਘੁੰਮਣਾ ਹੈ ਕਿੱਧਰ ਰਹਿੰਦੇ ਹੋ ਮੈਂ ਉਰਾ ਜੋਬ ਕਰਦਾ ਕੀ ਕੰਮ ਕਰਦੇ ਮੈਂ ਵੀਜ਼ਾ ਕਾਉਂਸਲਰ ਆ ਫਿਲਹਾਲ ਆਪਣੀ ਪ੍ਰਮੋਸ਼ਨ ਹੋ ਗਈ ਐਚਓਡੀ ਬਣ ਗਏ ਆਪਾਂ ਓ ਬਧਾਈਆਂ ਫਿਰ ਤਾਂ ਥੈਂਕ ਯੂ ਸੋ ਮਚ ਜੀ ਵਾਵਾ ਪੈਸੇ ਹੁਣ ਤੁਸੀਂ ਲੈਣੇ ਹੈ ਨਿਆਣਿਆਂ ਦੇ ਮੈਂ ਕੀ ਲੈਣੇ ਆ ਕੰਪਨੀ ਨੇ ਲੈਣੇ ਆ ਆਪਾਂ ਨੇ ਤਾਂ ਟਾਰਗੇਟ ਕੰਪਨੀ ਸਹੀ ਗਾਈਡ ਕਰਦੇ ਹੋ ਬੱਚਿਆਂ ਨੂੰ ਹਾਂਜੀ ਮੇਰੇ ਕੋਲ ਫਾਈਲਾਂ ਆਂਦੀ ਜੈਨੂਇਨ ਫਾਈਲਾਂ ਚੱਕੀ ਦੀ ਅਦਰਵਾਈਜ਼ ਆਪਾਂ ਜਵਾਬ ਦੇ ਦਿੰਦੇ ਆ ਬਿਲਕੁਲ ਸਹੀ ਕਿਉਂਕਿ ਕਿਸੇ ਬੱਚੇ ਦਾ ਫਿਊਚਰ ਖਰਾਬ ਕਰਨਾ ਇਹ ਚੀਜ਼ਾਂ ਹੁੰਦੀਆਂ ਨੇ ਅੱਛਾ ਮੈਨੂੰ ਇਹ ਦੱਸੋ ਵਿਆਹ ਇੱਕ ਕੁਆਰੇ ਮੈਂ ਰੋਕਾ ਹੋਇਆ ਹੈ ਮੇਰਾ ਰੋਕਾ ਹੋਇਆ ਆ ਹਾਂਜੀ ਅੱਛਾ ਠੀਕ ਆ ਮੈਨੂੰ ਇਹ ਦੱਸੋ ਕਿ ਸਾਦਾ ਵਿਆਹ ਪਸੰਦ ਆ ਕਿ ਧੂਮ ਤੜਕੇ ਵਾਲਾ ਤੁਸੀਂ ਕਿਹੜਾ ਕਰਾਉਣਾ ਸਾਦਾ ਬਿਲਕੁਲ ਸਾਦਾ ਕਿਉਂਕਿ ਮੰਮੀ ਕਹਿੰਦੇ ਆ ਕਿ 5 ਬੰਦੇ ਆਪਾਂ ਨੇ ਬਰਾਤ ਚ ਲੈ ਕੇ ਜਾਣੇ ਆ ਕਰੇ ਕੁੜੀ ਵਿਆਹ ਕੇ ਲੈ ਕੇ ਆਣੀ ਆ ਬਸ ਪਤਾ ਕੀ ਆ ਕਿ ਜਿੰਨਾ ਲੋਕਾਂ ਨੂੰ ਖਵਾਈ ਜਾਉਂਗੇ ਕਿ ਉਹ ਡਜ਼ਨਟ ਮੈਟਰ ਕਿ ਹਾਂ ਵੀ ਲੋਕੀ ਕਹਿਣਗੇ ਲੋਕਾਂ ਨੇ ਫੇਰ ਵੀ ਚਾਹੇ ਤੁਸੀਂ ਮੈਂ ਕਹਿੰਦਾ ਕਿ ਕਾਜੂ ਬਦਾਮ ਮੂਰੇ ਧਰ ਦੋ ਉੱਥੇ ਵੀ ਉਹਨਾਂ ਨੇ ਗਲਤੀਆਂ ਘੜ ਦੇਣੀਆਂ ਵੀ ਹਾਂ ਵੀ ਉਹ ਗੱਲ ਜੀ ਬਣੀ ਨਹੀਂ ਹੈਗੀ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨੇ ਵਿਆਹਾਂ 'ਚ ਲੋਕ ਖਾ ਕੇ ਵੀ ਨਾ ਉਹ ਕਰ ਦਿੰਦੇ ਆ ਤੁਹਾਡੇ ਨਾਲ ਦੀ ਨੇ ਨਹੀਂ ਕਿਹਾ ਕਿ ਨਹੀਂ ਵੀ ਆਪਾਂ ਤਾਂ ਧੂਮ ਧੜੱਕੇ ਵਾਲਾ ਵਿਆਹ ਕਰਦੇ ਉਹ ਵਿਚਾਰੀ ਸ਼ਾਹੂ ਆ ਮੇਰੀ ਵੀ ਲਵ ਮੈਰਿਜ ਆ ਉਹ ਵਿਚਾਰੀ ਸ਼ਾਹੂ ਆ ਉਹ ਕਹਿੰਦੀ ਆ ਕਿ ਵੀ ਹਾਂ ਕਿ ਆਪਾਂ ਨੇ ਤਾਂ ਨੋਰਮਲ ਸਿੰਪਲ ਸਾਦਾ ਜਿਹਾ ਵਿਆਹ ਕਰਨਾ ਆ ਫਿਰ ਫੈਸ਼ਨ ਡਿਜ਼ਾਈਨਰ ਹੈ ਮੈਂ ਕੋਈ ਸੂਟ ਡਿਜ਼ਾਈਨ ਕਰ ਲਈ ਕਹਿੰਦੀ ਨਾ ਕਰੀ ਜਿਹੜਾ ਬਣਾ ਲੈਣੀਆਂ ਬਰੀਆਂ ਹੋਣੇ ਆਪ ਬਰੀਆਂ ਆਪ ਬਣਾ ਲੈਣੀਆਂ ਕਰੀ ਲੋੜ ਨਹੀਂ ਹੈਗੀ ਕਰੀ ਕੀ ਕਰਨਾ ਨਹੀਂ ਚਲੋ ਪੈਸੇ ਜੋੜ ਲਿਓ ਵਾਲੇ ਪੈਸੇ ਜੋੜਦੀ ਆ ਕਈ ਵਾਰ ਆਪ ਕਿੰਨੇ ਜੋੜਦੇ ਹੋ ਮੈਂ ਮੇਰਾ ਬੈਂਕਰ ਹੀ ਉਹੀ ਆ ਉਹ ਮੈਂ ਤੋਂ 50 ਮੰਗਦੀ ਆ ਮੈਂ ਉਸਨੂੰ 500 ਦਿੰਦਾ ਉਹ ਸੇਵਿੰਗ ਮੇਰੇ ਕੰਮ ਆਉਂਦੀ ਆ ਮੈਂ ਕਹਾਂ ਵੀ ਬਿਲਕੁਲ ਸਹੀ ਵੀ ਹਾਂ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਆ ਕਹਿੰਦੀ ਜੱਟਾ 2 ਮਿੰਟ ਰੁਕ ਗੱਲ ਕਰਦੇ ਚੈੱਕ ਕਰ ਪੈਸੇ ਹੁਣ ਮੈਂ ਉਸਨੂੰ ਫੋਨ ਕਰੂੰਗਾ ਫਿਲਹਾਲ ਉਹ ਬਿਜ਼ੀ ਹੋਊਗੀ ਕਿਉਂਕਿ ਉਹਨਾਂ ਦਾ ਆਪਣਾ ਸਲੂਨ ਆ ਉਹਨੂੰ ਮੈਂ ਕਹੂੰਗਾ ਵੀ ਹਾਂ ਵੀ ਬੀਜੀ ਹਾਂਜੀ ਫੋਨ ਕੀਤਾ ਜੱਟਾ ਵਿਆਹ ਤੋਂ ਬਾਅਦ ਖਰਚੇ ਵੀ ਵਧ ਜਾਣੇ ਆ ਨਹੀਂ ਜੱਟੀ ਹੈਗੀ ਔਰ ਇਸ ਕਰ ਜੱਟ ਵੀ ਕਰੇ ਕੁਝ ਜੱਟ ਵੀ ਕਰ ਰਿਹਾ ਜੱਟ ਕਮਾ ਰਿਹਾ ਵਧੀਆ ਅਰਨਿੰਗ ਹੈਗੀ ਆਪਣੀ ਵੀ ਆਪਾਂ ਵੀ 30-35 ਕਿਤੇ ਨਹੀਂ ਛੱਡਦੇ ਹਾਂ ਨਹੀਂ ਚਲੋ ਵਧੀਆ ਗੱਲ ਆ ਤੇ ਅੰਡਰਸਟੈਂਡ ਆਪਾਂ ਬਾਹਰ ਚੱਲਾਂਗੇ ਕਹਿੰਦੀ ਨਹੀਂ ਕਹਿੰਦੀ ਆਪਾਂ ਰਲ ਮਿਲ ਕੇ ਇੱਥੇ ਹੀ ਕਰੀ ਕੈਨੇਡਾ ਆਉਣਾ ਬਈ ਆਹ ਕੁੜੀ ਦੀ ਥਿੰਕਿੰਗ ਕੁੜੀ ਦੇ ਵਿਚਾਰ ਜਿਹੜੇ ਸੀਗੇ ਨਾ ਮੇਰੀ ਫੈਮਿਲੀ ਨੂੰ ਮੋ ਗਈ ਉਹ ਮੈਂ ਕਹਿੰਦਾ ਹਮ ਸਫਰ ਵਧੀਆ ਮਿਲ ਜੇ ਤਾਂ ਜ਼ਿੰਦਗੀ ਸੋਹਣੀ ਲੰਘਦੀ ਆ ਤੇ ਹੁਣ ਬੱਸ 'ਚ ਮਿਲਿਆ ਇੱਕ ਉਹ ਵੀ ਸਾਡੇ ਪਿੰਡ ਵਾਲੀ ਬੱਸ 'ਚ ਰਸਤਾ ਪੁੱਛਦੀ ਸੀਗੀ ਤੁਸੀਂ ਰਸਤਾ ਘਰ ਦਾ ਦੱਸਤਾ ਨਹੀਂ ਆਪਣੇ ਘਰ ਦੀ ਮੂਹਰੇ ਨੂੰ ਲੈ ਕੇ ਵੀ ਲੰਘਿਆ ਸੀਗਾ ਮੈਂ ਕਿਹਾ ਇੱਧਰ ਆਪਣੇ ਘਰ ਆ ਮੈਂ ਕਿਹਾ ਥਰਡ ਲਾਸਟ ਘਰ ਆ ਕਹਿੰਦੀ ਫਿਰ ਮੈਨੂੰ ਅੱਗੇ ਕਰੀ ਬਾਹਰ ਕਿੱਦਾਂ ਨਿਕਲਣਾ ਮੈਂ ਕੋਈ ਨਹੀਂ ਮੈਂ ਤੈਨੂੰ ਛੱਡ ਕੇ ਆਊਂਗਾ ਮੈਂ ਕਿਹਾ ਆਪਣੇ ਜਿਨ੍ਹਾਂ ਕੋਲ ਬੜੇ ਤੇਜ਼ ਆ ਸੇਮ ਡੇ ਉਹਨੇ ਨੰਬਰ ਮੰਗਿਆ ਮੈਂ ਕਿਹਾ ਮੇਰੇ ਫੋਨ 'ਚ 8 ਵਜੇ ਫੋਨ ਕਰੀ ਉਹਨੇ ਫੋਨ ਕਰ ਲਿਆ ਕਹਿੰਦੀ ਮੈਂ ਕਿਹਾ ਕੌਣ ਕਰੀ ਉੱਥੋਂ ਰਸਤੇ ਵਾਲੀ ਨਹੀਂ ਉਹਨੇ ਸਿੰਗਰ ਦਾ ਪਿੰਡ ਦੱਸਿਆ ਪਧੌੜ ਵਾਲਾ ਅਰਜਨ ਹਸਤਿੰਦਰ ਮੈਂ ਕਿਹਾ ਅੱਛਾ ਮੈਂ ਕਿਹਾ ਸੋਰੀ ਮੈਂ ਕਿਹਾ ਕੀ ਨਾਮ ਹੈ ਤੁਹਾਡਾ ਕਹਿੰਦੀ ਇਹ ਆ ਮੈਂ ਠੀਕ ਆ ਵਧੀਆ
चंगा लगा व्याह दे लई तुहानू गुड लक है जी, वधिया वधिया जिंदगी कट्टो हस खेड के, जट्टा आप भी कमाउणा ते जट्टी नू भी खवाउणा, ਕਮਾਉਣ ਤੇ ਲੱਗੇ ਹੋਏ ਆ ਉਹਦੇ ਵਾਸਤੇ ਮੈਨੂੰ ਨੀਡ ਨਹੀਂ ਹੈਗੀ, ਮੈਨੂੰ ਨੀਡ ਨਹੀਂ ਹੈਗੀ ਕਿਉਂਕਿ ਆਪਣਾ ਬੈਕਅਪ ਵਧੀਆ ਸਟਰੋਂਗ, ਆਪਾਂ ਕਿਉਂ ਆਪਾਂ ਮਾੜਾ ਕਹੀਏ ਹਨਾ, ਵੀ ਆਪਾਂ ਐਵੇਂ ਬੈਕਅਪ ਵਧੀਆ ਫਿਊਚਰ ਵੀ ਵਧੀਆ ਬਣਾਉਣਾ, ਫਿਊਚਰ ਉਹਦੇ ਵਾਸਤੇ ਤਾਂ ਕਮਾ ਰਹੇ ਆ, ਉਹ ਵੀ ਕਮਾ ਰਹੀ ਆ, ਸਾਡੀ ਸ਼ਰਤ ਲਾ ਲਾ ਕੇ ਅਸੀਂ ਕਮਾ ਰਹੇ ਆ ਮੰਥਲੀ, ਪਤਾ ਕਿੰਨਾ ਕਿੰਨਾ। ਹੁਣ ਫੈਬ ਚ ਨਾ ਮੇਰਾ ਹਾਲ ਵੀ ਮਾੜਾ ਉਹਦਾ ਵੀ ਮਾੜਾ, ਬਟ ਫਿਰ ਵੀ ਉਹਦਾ 36 ਚਲ ਗਿਆ ਸੀਗਾ 36,000, ਮੇਰਾ ਚਲ ਗਿਆ 37,600। ਕਹਿੰਦੀ ਕਮਾਲ ਕਰਤੀ, ਕਹਿੰਦੀ ਨਾਮ, ਮੈਂ ਕਿਹਾ ਕੀ, ਕਰੀ ਪਾਰਟੀ ਹੋ ਗਈ ਤੇਰੇ ਵੱਲੋਂ, ਮੈਂ ਕਿਹਾ ਜਦੋਂ ਆਏਗੀ ਉਦੋਂ ਲੈ ਲਈ, ਕੱਲ ਹੀ ਬਰਥਡੇ ਨਿਕਲ ਕੇ ਗਿਆ ਉਹਦਾ। ਵੀ ਚਲੋ ਵਧੀਆ ਹੋਇਆ ਤੇ ਮੈਨੂੰ ਚੰਗਾ ਲੱਗਾ ਗੱਲ ਕਰਕੇ ਤੁਹਾਨੂੰ, ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੀ। ਸੋ ਪ੍ਰਾਈਮ ਵਿਊਜ਼ ਪ੍ਰੋਗਰਾਮ ਤੁਸੀਂ ਦੇਖ ਰਹੇ ਸੀਗੇ ਤੇ ਅੱਜ ਦੇ ਪ੍ਰੋਗਰਾਮ ਦਾ ਟੌਪਿਕ ਸੀਗਾ ਕਿ ਤੁਸੀਂ ਸਿੰਪਲ ਵਿਆਹ ਪਸੰਦ ਕਰਦੇ ਹੋ ਜਾਂ ਧੂਮ ਤੜਕੇ ਵਾਲਾ। ਤੁਸੀਂ ਸਾਰਿਆਂ ਦਾ ਜਵਾਬ ਸੁਣ ਹੀ ਲਿਆ, ਸਾਦੇ ਵਾਲੇ ਵੀ ਸੀ ਤੇ ਧੂਮ ਤੜਕੇ ਵਾਲੇ ਵੀ ਸੀ। ਜੇ ਮੈਂ ਆਪਣੀ ਗੱਲ ਕਰਾਂ, ਮੈਨੂੰ ਤਾਂ ਵੀ ਸਾਦੇ ਵਿਆਹ ਹੀ ਪਸੰਦ ਆ, ਜਿਹੜਾ ਖਰਚਾ ਇੰਨਾ ਕਰਨਾ ਹੈ ਉਹ ਪੈਸੇ ਜੋੜ ਲਓ, ਰਿਸ਼ਤੇਦਾਰ ਜੋ ਵੀ ਆ ਆਇਆ ਗਿਆ ਜੋ ਵੀ ਆ ਠੀਕ ਆ, ਸਾਰੇ ਤੁਹਾਡੀ ਰਿਸਪੈਕਟ ਕਰਦੇ ਪਿਆਰ ਕਰਦੇ, ਹਰ ਕੋਈ ਤੁਹਾਡੀ ਖੁਸ਼ੀ ਦੇ ਦਿਨ 'ਚ ਸ਼ਾਮਿਲ ਹੋਣਾ ਚਾਹੁੰਦਾ ਆ, ਪਰ ਤੁਸੀਂ ਸਿੰਪਲ ਜਿਹਾ ਵਿਆਹ ਕਰਕੇ ਜਾਂ ਕੋਈ ਵੀ ਫੰਕਸ਼ਨ ਸਿੰਪਲ ਜਿਹਾ ਕਰੋ ਤਾਂ ਵਧੀਆ ਗੱਲ ਆ, ਪੈਸੇ ਵੀ ਜੋੜਦੇ, ਐਵੇਂ ਕਾ ਤੁਹਾਡਾ ਹੀ ਜਾਣੇ ਪੈਸੇ, ਮੇਰੀ ਸੋਚਣੀ ਹੈ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਜੇ ਯੂਟਿਊਬ ਦੇ ਉੱਤੇ ਇਸ ਵੀਡੀਓ ਨੂੰ ਦੇਖਦੇ ਹੋ ਤਾਂ ਕਮੈਂਟ ਕਰਕੇ ਦੱਸਿਓ, ਬਾਕੀ ਲਾਈਕ ਵੀ ਕਰੋ, ਸ਼ੇਅਰ ਵੀ ਕਰਿਓ। ਹੁਣ ਮੈਨੂੰ ਨੀਲਮ ਕੁਈਨ ਨੂੰ ਦੋ ਇਜਾਜ਼ਤ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।